1,60,000 ਮੇਰੀ ਭਾਜੀ ਗੱਡੀ ਦਵਾਂਗੇ 2011 ਮਾਡਲ ਅਲਟੋ ਫਰਸਟ ਓਨਰ 67,000 ਕਿਲੋਮੀਟਰ ਚੱਲੀ ਹੋਗੀ ਓਰੀਜਨਲ ਗੱਡੀ ਨਾਲ ਕੀ ਬਾਤ ਹੈ ਜੀ ਫਰਸਟ ਓਨਰ ਗੱਡੀ 2011 ਮਾਡਲ ਹੋਗੀ ਕਿਤੋਂ ਵੀ ਨਹੀਂ ਮਿਲਦੀ ਜੀ ਫਰਸਟ ਓਨਰ 11 ਮਾਡਲ ਤੇ ਲੋਨ ਹੋ ਜਾਂਦਾ ਭਾਜੀ 2 ਲੱਖ ਮੇ ਜੀ 7 ਸੀਟਰ ਜਿਹੜਾ ਬੰਦਾ ਲਵੇ ਫੁੱਲ ਲੋਨ ਹੋ ਜਾਏਗਾ ਜੀ ਗੱਡੀ ਦਾ ਫੁੱਲ ਲੋਨ 2 ਲੱਖ ਦਾ ਪੂਰਾ ਹੋ ਜਾਏਗਾ ਜੀ ਲੋਨ ਰੁਪਈਆ ਦੇਖ ਲਿਆ ਜੀ ਅੱਛਾ ਜੀ 17 ਇੰਚੀ ਇਹਨੂੰ ਬ੍ਰਾਂਡ ਨਿਊ ਲਾਈਟ ਐਡ ਲੱਗੇ ਹੋਏ ਜੀ ਠੀਕ ਹੈ ਗੱਡੀ ਚੱਲੀ ਹੈ ਜੀ ਸਿਰਫ ਤੇ ਸਿਰਫ 3000 ਕਿਲੋਮੀਟਰ ਬਸ ਸਿਰਫ ਤੇ ਸਿਰਫ 3000 ਹਾਂਜੀ ਹਾਂਜੀ ਰੁਪਈਆ ਦੇਖ ਲਿਆ ਜੀ ਚਲੋ ਠੀਕ ਹੈ ਇਹ ਵੀ 23 ਮਾਡਲ ਹੈ ਜੀ 2023 ਮਾਡਲ ਕਰੇਟਾ ਡੀਜ਼ਲ ਦੇ ਵਿੱਚ ਹੀ ਠੀਕ ਹੈ ਗੱਡੀ ਚੱਲੀ ਹੈ 7300 ਕਿਲੋਮੀਟਰ ਜੀ ਸਿਰਫ ਤੇ ਸਿਰਫ ਤੇ ਸਿਰਫ ਬਸ ਪਹਿਲੀ ਸਰਵਿਸ ਆਪ ਹੀ ਕਰਾਣੀ ਹੈ ਤੁਸੀਂ ਕਰਵਾਣੀ 2023 ਮਾਡਲ ਫੁੱਲ ਇੰਸ਼ੋਰੈਂਸ ਹਜੇ ਵੀ ਹੈਗੀ ਹੈ ਜੀ ਗੱਡੀ ਦੀ ਸੋਰੀ AX7L ਟੌਪ ਮਾਡਲ ਜੀ ਮੈਨੂਅਲ ਦੇ ਵਿੱਚ ਹੀ ਠੀਕ ਹੈ ਸਾਰੀ ਗੱਡੀ ਇਹ ਵੀ ਬੰਪਰ ਟੂ ਬੰਪਰ ਓਰੀਜਨਲ ਹੈ ਜੀ 2.5 ਲੱਖ ਰੁਪਏ ਦਾ ਮਾਡਲ ਹੈ ਜੀ 4 ਤੋਂ 5 ਲੱਖ ਰੁਪਏ ਆਪਾਂ ਬਚ ਜਾਏਗਾ 21/22 ਮਾਡਲ ਹੈ ਜੀ 21 ਦੀ ਮੈਨੂਫੈਕਚਰਿੰਗ ਤੇ 22 ਦੀ ਰਜਿਸਟ੍ਰੇਸ਼ਨ ਗੱਡੀ ਚੱਲੀ ਹੈ ਜੀ 11000 ਕਿਲੋਮੀਟਰ ਜੀ ਤੁਹਾਨੂੰ ਗੱਡੀ ਦਵਾਂਗੇ ਜੀ 7,80,000 ਰੁਪਏ ਦੀ 7,80,000 ਰੁਪਏ ਦੀ ਇਹਨੂੰ ਲੋਇਟਰ 18 ਇੰਚੀ ਲੱਗੇ ਹੋਏ ਹੈ ਜੀ ਬ੍ਰਾਂਡ ਨਿਊ ਲੋਇਟਰ ਲੱਗੇ ਮਾਡਲ ਉੱਪਰ ਨੀਚੇ ਹੈ ਆਪਣੀ ਮਰਜ਼ੀ ਆਪ ਦੇਖ ਲਓ ਆਪ ਕੋ ਲੈਣੀ ਕਿਹੜੀ ਹੈ ਦੋਨੇ ਛੋਟੇ ਤੇ ਆ ਖੜੇ ਹਾਂਜੀ 30000 ਕਿਲੋਮੀਟਰ ਜੀ 30000 ਚੱਲੀ ਹੈ ਵਧੀਆ ਨਵੀਂ ਗੱਡੀ ਹੈ ਨਵੀਂ ਗੱਡੀ ਦਵਾਂਗੇ 5,75,000 ਰੁਪਏ ਦੀ 5,75,000 ਕੀ ਆਪ ਕੋ ਮਿਲ ਜਾਏਗੀ 1,90,000 ਰੁਪਏ ਦੀ 3,90,000 ਹਾਂਜੀ ਫਰਸਟ ਓਨਰ ਕਾਰ ਜੀ ਗੱਡੀ ਚੱਲੀ ਹੈ 70000 ਕਿਲੋਮੀਟਰ ਜੈਨੂਇਨ ਚੱਲੀ ਹੈ ਉਹ ਸਭ ਗਏ ਜੀ ਕਿਦਾਂ ਸਾਰੇ ਹੋਪ ਕਰਦਾ ਸਭੀ ਲੋਕੀ ਬਹੁਤ ਵਧੀਆ ਹੋਗੇ ਥੈਂਕ ਯੂ ਸੋ ਮਚ ਸਭ ਦਾ ਲਵਲੀ ਰਿਸਪੌਂਸ ਕਲਿਊਡਸ ਪੇ ਅੱਜ ਦੀ ਵੀਡੀਓ ਜੀ ਸਪੈਸ਼ਲੀ ਆ ਗਾੜੀ ਦੇਖ ਲਓ ਪਿੱਛੇ ਬ੍ਰਾਂਡ ਨਿਊ ਖੜਕੀ ਖੜੀ ਹੋਈ ਹੈ ਇਹੋ ਜੀ ਬ੍ਰਾਂਡ ਨਿਊ ਗਾੜੀਆਂ ਇੱਕੋ ਹੀ ਜਗ੍ਹਾ 'ਤੇ ਮਿਲਤੀਆਂ ਜਿਹੜਾ ਕਿ ਹੋਥੀ ਇਨਸਾਂਗਾ ਮੋਟਰ ਬਹੁਤ ਵਧੀਆ ਅਲੋਇਟਰ ਨਾਲ ਲਵਾ ਕੇ ਹਾਂਜੀ ਕਿਦਾਂ ਭਾਈ ਕੀ ਹਾਲ ਹੈ ਬਹੁਤ ਵਧੀਆ ਭਾਈ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਜੀ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਤੇ ਜੀ ਅਭੀ ਭਾਈ ਜੀ ਬਹੁਤ ਜਬੀ ਆਤੇ ਹੈ ਜੀ ਵਧੀਆ ਸੇ ਵਧੀਆ ਗਾੜੀਆਂ ਦੇਖ ਲਓ ਲਾਈਨ ਵੀ ਦੇਖ ਲਓ ਪ੍ਰੋਪਰ ਨਵੀਆਂ ਗੱਡੀਆਂ ਦਾ ਸਟਾਕ ਲੈ ਕੇ ਆਈਦਾ ਜੀ ਹਰ ਵਾਰੀ ਸਹੀ ਬਾਤ ਹੈ ਹਾਂਜੀ ਪੂਰੀ ਮੋਡੀਫਾਈਡ ਵਧੀਆ ਅਲੋਇਟਰ ਤਾਂ ਲੱਗੇ ਹੀ ਹੁੰਦੇ ਹਰ ਗੱਡੀ ਨੂੰ ਅਲੋਇਟਰ ਤਾਂ ਲੱਗੇ ਹੀ ਹੋਣਗੇ ਜੀ ਮੈਕਸਿਮਮ ਕਾਰਾਂ ਇਹ ਵਧੀਆ ਬਾਤ ਹੈ ਜੀ ਅੱਜ ਕੀ ਭਾਈ ਸ਼ੁਰੂ ਕਿੱਥੋਂ ਕਰਨਾ ਵਧੀਆ ਕੋਈ ਚੀਜ਼ ਦਿਖਾਓ ਬੱਲੇ ਸ਼ੁਰੂਆਤ ਭਾਜੀ ਇਸੇ ਗੱਡੀ ਤੋਂ ਕਰਦੇ ਆ ਜੀ ਆਪਾਂ ਕੀ ਬਾਤ ਹੈ ਇਹਦੀ 2023 ਮਾਡਲ ਹੈ ਜੀ 23 ਮਾਡਲ ਹੀ ਹੈ ਜੀ ਅੱਛਾ ਜੀ 17 ਇੰਚੀ ਇਹਨੂੰ ਬ੍ਰਾਂਡ ਨਿਊ ਲੋਇਟ ਐਡ ਲੱਗੇ ਹੋਏ ਜੀ ਠੀਕ ਹੈ ਗੱਡੀ ਚੱਲੀ ਹੈ ਜੀ ਸਿਰਫ ਤੇ ਸਿਰਫ 3000 ਕਿਲੋਮੀਟਰ ਬਸ ਸਿਰਫ ਤੇ ਸਿਰਫ 3000 3000 ਬ੍ਰਾਂਡ ਨਿਊ ਗੱਡੀ ਹੈ ਫਰਸਟ ਓਨਰ ਕਾਰ ਹੈ ਜੀ ਕੀ ਬਾਤ ਇੰਟੀਰੀਅਰ ਚੈੱਕ ਕਰੋ ਦੇਖੋ ਇਹਦਾ ਕਿ ਲਿਫਾਫੇ ਤੱਕ ਨਹੀਂ ਉਤਰੇ ਜੀ ਗੱਡੀ ਦਾ ਪੂਰੇ ਕੀ ਬਾਤ ਹੈ ਹਾਂਜੀ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਕਾਰ ਹੈ ਜੀ ਤੇ ਦਵਾਂਗੇ ਵੀ ਐਨ ਵਧੀਆ ਜੈਨੂਇਨ ਪ੍ਰਾਈਸ ਉੱਤੇ ਜੀ ਭਾਜੀ ਵਧੀਆ ਜੈਨੂਇਨ ਇਹੋ ਜਿਹਾ ਪ੍ਰਾਈਸ ਦੇ ਨਾ ਗੱਡੀ ਨੂੰ ਜੀ ਲੱਖ ਦੇ ਤੇ ਅਲੋਏ ਟਾਇਰ ਹੀ ਲੱਗੇ ਹੋਏ ਆ ਲੱਖ ਲੱਗੇ 17 ਇੰਚੀ ਅਲੋਏ ਟਾਇਰ ਮਲਟੀ ਸਪੋਕ ਵਾਲੇ ਉਹ ਸੋਹਣੇ ਰੇਟ ਇਹੋ ਜਿਹਾ ਦੇ ਨਾ ਟਾਇਰ ਫਰਸਟ ਓਨਰ ਕਾਰ ਬੰਪਰ ਟੂ ਬੰਪਰ ਕਾਰ ਓਰੀਜਨਲ ਹੈ ਜੀ ਓਰੀਜਨਲ ਰਹੇਗੀ ਤੇ ਗੱਡੀ ਦਵਾਂਗੇ ਜੀ 8,35,000 ਰੁਪਏ ਦੀ 8,35,000 ਰੁਪਏ ਮਾਨਤਨ ਹੋਏਗਾ ਬੰਦੇ ਦਾ ਪੂਰਾ ਕਰਾਂਗੇ ਜੀ ਪੱਕੀ ਗੱਲ ਹੈ ਪੱਕੀ ਗੱਲ ਕਰਾਂਗੇ ਬਾਈ ਦਾ ਨਾਮ ਲੈਣਾ ਹੈ ਇੱਕ ਵਾਰੀ ਤੇ ਪੂਰਾ ਮਾਨਤਨ ਕਰਾਂਗੇ ਜੀ ਗੱਡੀ ਜਿਹੜਾ ਜੀ ਵੀਡੀਓ ਸੇ ਆਏਗਾ ਵਧੀਆ ਮਾਨਤਨ ਹੋਏਗਾ ਪੂਰਾ ਮਾਨਤਨ ਗੱਡੀ ਦੀ ਜਾਣ ਦੀ ਜ਼ਰੂਰਤ ਨਹੀਂ ਭਾਜੀ ਕਿਤੇ ਜਾਣ ਦੀ ਲੋੜ ਨਹੀਂ ਜੀ ਇੱਥੇ ਜੈਨੂਇਨ ਰੇਟ ਦੇ ਉੱਤੇ ਆਪਾਂ ਗੱਡੀਆਂ ਦਵਾਂਗੇ ਜੀ ਬਹੁਤ ਸੋਨੀ ਤੇ ਵਧੀਆ ਗੱਡੀ ਹਾਂਜੀ ਹਾਂਜੀ ਪੂਰੀ ਵਧੀਆ ਗੱਡੀ ਦਵਾਂਗੇ ਜੀ ਠੀਕ ਹੈ ਹਾਂਜੀ ਅਗਲੀ ਗੱਡੀ ਲੈ ਕੇ ਆਏ ਜੀ ਆਪਾਂ ਫੋਰਚੂਨਰ 2018 ਮਾਡਲ ਜੀ ਆਟੋਮੈਟਿਕ ਭਾਈ ਆਟੋਮੈਟਿਕ ਜੀ 4x2 ਠੀਕ ਹੈ ਜੀ ਫਰਸਟ ਓਨਰ ਕਾਰ ਹੈ ਜੀ ਗੱਡੀ ਚੱਲੀ ਹੈ ਜੀ 1,15,000 ਕਿਲੋਮੀਟਰ ਜੀ ਜੈਨੂਇਨ ਚੱਲੀ ਹੈ ਜੈਨੂਇਨ ਚੱਲੀ ਹੈ ਜੀ ਚਲੋ ਠੀਕ ਹੈ ਤੇ ਦਵਾਂਗੇ ਵੀ ਸਪੈਸ਼ਲ ਪ੍ਰਾਈਸ ਦੇ ਨਾਲ ਜੀ ਗੱਡੀ ਦਵਾਂਗੇ 3.5 ਲੱਖ ਰੁਪਏ ਦੀ 3.5 ਲੱਖ ਮੈਂ ਜੀ ਬਹੁਤ ਵਧੀਆ ਫੋਰਚੂਨਰ ਦੇਣ ਲੱਗੇ ਆ ਜੀ ਆਪਕੋ ਆਟੋਮੈਟਿਕ ਹੈ ਵਧੀਆ ਪੇਡ ਨੰਬਰ ਨਾਲ ਹੈ ਪੇਡ ਨੰਬਰ ਨਾਲ ਹੈ ਜੀ ਚਲੋ ਠੀਕ ਹੈ ਗਾੜੀ ਬਹੁਤ ਵਧੀਆ ਆਪਕੇ ਲਈ ਜੀ ਫੇ ਇੱਕ ਨਵੀਂ ਗੱਡੀ ਆ ਗਈ ਜੀ ਬਿਲਕੁਲ ਨਵੀਂ ਗੱਡੀ ਜੀ ਹਾਂਜੀ ਇਹ ਵੀ 23 ਮਾਡਲ ਹੈ ਜੀ 2023 ਮਾਡਲ ਕਰੇਟਾ ਡੀਜ਼ਲ ਦੇ ਵਿੱਚ ਹੀ ਠੀਕ ਹੈ ਹਾਂਜੀ ਆਪ ਵੇਖਿਆ ਤੇ ਭਾਈ ਬੇਸ ਹੈ ਵਾਲਾ ਬੇਸ ਹੀ ਈ ਵੇਰੀਐਂਟ ਆ ਜੀ ਈ ਵੇਰੀਐਂਟ ਹੈ ਸਪੈਸ਼ਲ ਆਫਰ ਦੇ ਨਾਲ ਵੀ ਦਵਾਂਗੇ ਤੇ ਪ੍ਰਾਈਸ ਵੀ ਦਵਾਂਗੇ ਸਪੈਸ਼ਲ ਜੀ ਇਸ ਗੱਡੀ ਦੇ ਉੱਤੇ ਐਸਾ ਪ੍ਰਾਈਸ ਦੇਣਾ ਬੰਦੇ ਕੋ ਸ਼ੋਰੂਮ ਇਹਨਾਂ ਨਾਲ ਜਾਣਾ ਕਿਤੇ ਵੀ ਨਹੀਂ ਮਿਲੇਗਾ ਜੀ ਇਹ ਪ੍ਰਾਈਸ ਹੀ ਭਾਜੀ ਇਹ ਫਰਸਟ ਓਨਰ ਕਾਰ ਹੈ ਜੀ ਬੰਪਰ ਟੂ ਬੰਪਰ ਸਾਰੀ ਗੱਡੀ ਓਰੀਜਨਲ ਰਹੇਗੀ ਗੱਡੀ ਚੱਲੀ ਹੈ 7300 ਕਿਲੋਮੀਟਰ ਜੀ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਬਸ ਪਹਿਲੀ ਸਰਵਿਸ ਆਪ ਹੀ ਕਰਾਣੀ ਹੈ ਤੁਸੀਂ ਕਰਵਾਣੀ 2023 ਮਾਡਲ ਫੁੱਲ ਇੰਸ਼ੋਰੈਂਸ ਹਜੇ ਵੀ ਹੈਗੀ ਹੈ ਜੀ ਗੱਡੀ ਦੀ ਤੇ ਦਵਾਂਗੇ ਵੀ ਐਨ ਵਧੀਆ ਜਿਹੇ ਪ੍ਰਾਈਸ ਦੇ ਵਿੱਚ ਗੱਡੀ ਦਵਾਂਗੇ ਜੀ 13,10,000 ਰੁਪਏ ਦੀ ਜੀ 13,10,000 ਰੁਪਏ ਜੀ ਆ ਵੀ ਮਿਲ ਜਾਏਗੀ ਕਰੇਟਾ ਦੀ ਫਰਸਟ ਓਨਰ 2023 ਮਾਡਲ ਦੀ ਬਹੁਤ ਵਧੀਆ ਗੱਡੀ ਆਪਕੇ ਲਈ ਖੜੀ ਹੈ ਬ੍ਰਾਂਡ ਨਿਊ ਕੰਡੀਸ਼ਨ ਕੇ ਅੰਦਰ ਬ੍ਰਾਂਡ ਨਿਊ ਕੰਡੀਸ਼ਨ ਪਹਿੇ ਬਚ ਜਾਏਗੇ ਨਵੀਂ ਸੇ ਪੂਰੇ ਜੀ ਦੇਖੋ ਹਜੇ ਤੱਕ ਇਹਦੇ ਲਿਫਾਫੇ ਵੀ ਨਹੀਂ ਲੱਤੇ ਜੀ ਗੱਡੀ ਦਾ ਲਿਫਾਫੇ ਅੰਦਰ ਹੀ ਪੜਿਆ ਨਾ ਤੇ ਇਸ ਮਾਡਲ ਦੇ ਉੱਤੇ ਉਹ ਵੀ ਵੇਟਿੰਗ ਵੀ ਹੈਗੀ ਹੈ ਜੀ ਵੇਟਿੰਗ ਵੀ ਹੈਗੀ ਹੈ ਸਹੀ ਗੱਲ ਹੈ 6-7 ਮਹੀਨੇ ਦੀ ਵੇਟਿੰਗ ਬੰਦੇ ਕਰਦੇ ਫਿਰ ਗੱਡੀ ਮਿਲਦੀ ਹੈ ਅਗਲੀ ਗੱਡੀ ਫੇਰ ਨਵੀਂ ਲੈ ਆਏ ਜੀ ਆਪਾਂ XUV 700 ਜੀ AX7L ਟੌਪ ਮਾਡਲ ਜੀ ਮੈਨੂਅਲ ਦੇ ਵਿੱਚ ਹੀ ਠੀਕ ਹੈ ਸਾਰੀ ਗੱਡੀ ਇਹ ਵੀ ਬੰਪਰ ਟੂ ਬੰਪਰ ਓਰੀਜਨਲ ਹੈ ਜੀ ਇਹ ਵੀ ਸਪੈਸ਼ਲ ਪ੍ਰਾਈਸ ਦੇ ਨਾਲ ਦਵਾਂਗੇ 23 ਲੱਖ ਰੁਪਏ ਦੀ ਗੱਡੀ ਦਵਾਂਗੇ ਜੀ 23 ਲੱਖ ਤੇ ਨਵੀਂ ਕਿੰਨੇ ਦੀ ਪੈਜੀ ਭਾਈ ਭਾਜੀ ਇਹ ਨਵੀਂ 27.5-28 ਲੱਖ ਰੁਪਏ ਦਾ ਮਾਡਲ ਹੈ ਜੀ 4-5 ਲੱਖ ਰੁਪਏ ਆਪਾਂ ਬਚ ਜਾਏਗਾ 21/22 ਮਾਡਲ ਹੈ ਜੀ 21 ਦੀ ਮੈਨੂਫੈਕਚਰਿੰਗ ਤੇ 22 ਦੀ ਰਜਿਸਟ੍ਰੇਸ਼ਨ ਗੱਡੀ ਚੱਲੀ ਹੈ ਜੀ 11000 ਕਿਲੋਮੀਟਰ ਜੀ ਓਨਲੀ 11000 ਹੁੰਦੀ ਕਿ 120 ਸੂਈ ਅਗਲੀ ਆਪ ਟੌਪ ਮਾਡਲ ਵਾਲੇ ਮੈਨੂਅਲ ਦੇ
501 ਹੋਰ ਹੈ ਜੀ 2017 ਮਾਡਲ ਸਿਲਵਰ ਕਲਰ ਦੀ ਫਸਟ ਓਨਰ ਜੀ ਗੱਡੀ ਉਹ ਵੀ 80000 ਵਿਦ ਕੰਪਨੀ ਰਿਕਾਰਡ ਚੱਲੀ ਹੈ ਜੀ W6 ਵੇਰੀਐਂਟ ਹੈ ਜੀ ਗੱਡੀ ਨੂੰ 18 ਇੰਚੀ ਮਲਟੀ ਸਪੋਕ ਅਲੋਏ ਟਾਇਰ ਵੀ ਲੱਗੇ ਹੋਏ ਫੁੱਲ ਓਰੀਜਨਲ ਬੰਪਰ ਟੂ ਬੰਪਰ ਲਿਖ ਕੇ ਗਰੰਟੀ ਦਵਾਂਗੇ ਜੀ ਠੀਕ ਹੈ ਜੀ ਉਹ ਵੀ ਸਪੈਸ਼ਲ ਪ੍ਰਾਈਸ ਦੇ ਨਾਲ ਦਵਾਂਗੇ ਜੀ ਗੱਡੀ ਦਵਾਂਗੇ ਜੀ 9.5 ਲੱਖ ਰੁਪਏ ਦੀ 9.5 ਲੱਖ ਕੀ ਬਾਤ 9.5 ਲੱਖ ਮੇ ਵੀ ਐਕਸਕਲੂਸਿਵ ਅਵੇਲੇਬਲ ਹੈ ਹਾਂਜੀ 17 ਮਾਡਲ ਆਪਸ਼ਨ ਹੈ ਸਾਰੀ ਅਵੇਲੇਬਲ ਹੈ ਬਸ ਕਰਨਾ ਕਿ ਸਾਹਮਣੇ ਫੋਨ ਨੰਬਰ ਦਰਨੇ ਫੋਨ ਕਰੋ ਭਾਜੀ ਨੂੰ ਕਰੋ ਮੰਗ ਲਓ ਗੱਡੀ ਮਿਲ ਜਾਏਗੀ ਜੀ ਠੀਕ ਹੈ ਆ ਜੀ ਬਲੈਰੋ ਆ ਗਈ ਜੀ ਫੇਰ ਦੁਬਾਰ ਤੋਂ 2018 ਮਾਡਲ ਬਲੈਰੋ ਹੀ ਫਸਟ ਓਨਰ ਕਾਰ ਹੈ ਜੀ ਓਕੇ ਹਾਂਜੀ ਚੱਲੀ ਹੈਗੀ ਹੈ ਇਹ ਵੀ ਜੀ 98000 ਚੱਲੀ ਹੈ ਜੀ ਠੀਕ ਹੈ ZLX 100 ਮਾਡਲ ਹੈ ਜੀ ਇਹ ਵੀ ਸਪੈਸ਼ਲ ਪ੍ਰਾਈਸ ਦੇ ਨਾਲ ਦਵਾਂਗੇ ਜੀ ਇਹ ਸਪੈਸ਼ਲ ਪ੍ਰਾਈਸ ਇਹ ਹੈ ਜੀ ਇਹ ਗੱਡੀ ਦਵਾਂਗੇ ਜੀ 7,75,000 ਰੁਪਏ ਦੀ 7,75,000 ਦੀ ਭਾਈ ਮਾਰਕੀਟ ਰੇਟ ਸੇ ਵਧੀਆ ਹੋਣਾ ਚਾਹੀਦਾ ਵਧੀਆ ਹੋਵੇਗਾ ਭਾਜੀ ਬੰਦੇ ਇਹ ਨਾ ਕਹੇ ਆ ਮਹਿੰਗੀ ਗੱਡੀ ਨਹੀਂ ਨਹੀਂ ਭਾਜੀ ਜੈਨੂਅਰ ਰੇਟ ਹੋਏਗਾ ਜੀ ਆਪਣੇ ਤੇ ਅਲੋਏ ਟਾਇਰ ਚੈੱਕ ਕਰ ਲਓ ਅਲੋਏ ਟਾਇਰ ਐਕਸਟਰਾ ਲੱਗੇ ਜੀ ਬਾਹਰ ਐ ਨਿਕਲੇ ਹੋਏ ਸਾਰੇ ਸੇ ਗੱਡੀ ਦਾ ਪਤਾ ਲੱਗਦਾ 70,000 ਦੇ ਅਲੋਏ ਟਾਇਰ ਹੀ ਲੱਗੇ ਆ ਜੀ ਛੋਟਾ ਪੂਰਾ ਬਣਾ ਹੋਇਆ ਹਨਾ ਫੇਰ ਦੀ ਅਗਲੀ ਗੱਡੀ ਇਹ ਆ ਗਈ ਦੇਖ ਲਓ ਆ 19 ਮਾਡਲ ਕੀ ਬਾਤ ਹੈ 19 ਮਾਡਲ ਬਲੈਰੋ ਠੀਕ ਹੈ ਇਹ SLX ਹੈ ਜੀ ਫਸਟ ਓਨਰ ਹੈ ਜੀ ਇਹ ਵੀ 80,000 ਕਿਲੋਮੀਟਰ ਚੱਲੀ ਹੋਈ ਹੈ ਜੀ ਇਹ ਵੀ ਜੈਨੂਅਨ ਰੇਟ ਦੇ ਉੱਤੇ ਦਵਾਂਗੇ ਜੀ ਇਹ ਆਪਾਂ ਤੁਹਾਨੂੰ ਗੱਡੀ ਦਵਾਂਗੇ ਜੀ 7,80,000 ਰੁਪਏ ਦੀ 7,80,000 ਰੁਪਏ ਦੀ ਇਹਨਾਂ ਦਾ ਅਲੋਏ ਟਾਇਰ 18 ਇੰਚੀ ਲੱਗੇ ਹੋਏ ਜੀ ਬ੍ਰਾਂਡ ਦੇ ਅਲੋਏ ਟਾਇਰ ਲੱਗੇ ਮਾਡਲ ਉੱਪਰ ਨੀਚੇ ਹੈ ਆਪਣੀ ਮਰਜ਼ੀ ਆਪ ਦੇਖ ਲਓ ਆਪ ਕੋ ਲੈਣੀ ਕਿਹੜੀ ਹੈ ਦੋਨੇ ਛੋਟੇ ਤੇ ਆ ਖੜੇ ਹਾਂ ਹਾਂਜੀ ਫਿਰ ਅਗਲੀ ਗੱਡੀ ਆ ਗਈ 2015 ਮਾਡਲ ਜੀ XUV ਇਹਨੂੰ ਵੀ ਅਲੋਏ ਟਾਇਰ ਲੱਗੇ ਜੀ ਫਸਟ ਓਨਰ ਕਾਰ ਹੈ ਜੀ ਓਕੇ ਗੱਡੀ ਚੱਲੀ ਹੈ ਜੀ 7,5 ਲੱਖ ਕਿਲੋਮੀਟਰ ਜੀ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਕਾਰ ਹੈ ਤੇ ਗੱਡੀ ਦਵਾਂਗੇ ਸਪੈਸ਼ਲ ਪ੍ਰਾਈਸ ਦੇ ਨਾਲ ਜੀ ਇਹ ਗੱਡੀ ਦਵਾਂਗੇ 7,00,000 ਰੁਪਏ ਦੀ 7,00,000 ਰੁਪਏ ਵੀ ਜਿਹੜੀ ਜੀ ਗੱਡੀ 3,000 ਚੱਲੀ ਹੋਗੀ 3,000 ਕਹਿੰਗੇ 7,00,000 ਚੱਲੀ 7,00,000 ਚੱਲੀ 7,00,000 ਜੀ ਪੂਰਾ ਪੂਰੀ ਜਿਹੜੀ ਜਿਹਦੀ ਗਰੰਟੀ ਹੋਏਗੀ ਉਹ ਵੀ ਦੱਸਾਂਗੇ ਜੀ ਇਸ ਚੀਜ਼ ਦੀ ਗਰੰਟੀ ਹੈ ਜੀ ਜਿਹਦੀ ਨਹੀਂ ਹੋਏਗੀ ਉਹ ਵੀ ਦੱਸ ਦਾਂਗੇ ਜੀ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਹੈਗੀ ਜੀ ਆਪਣੇ ਤੇ ਜੀ ਗੱਡੀ ਬਹੁਤ ਵਧੀਆ ਆ ਨਾਲ ਦੀ ਭਾਜੀ ਬਜਟ ਮੇ ਲੈਣੀ ਆ ਵੀ ਹਾਂਜੀ ਇਹ ਪੂਰੀ ਬਜਟ ਦੇ ਜਾਨੀ 12 ਮਾਡਲ ਹੈ ਜੀ ਇਹ ਆਪਾਂ ਤੁਹਾਨੂੰ ਦਵਾਂਗੇ 4,80,000 ਰੁਪਏ ਦੀ 12 ਮਾਡਲ W8 ਵੇਰੀਐਂਟ ਸੈਕਿੰਡ ਓਨਰ ਕਾਰ ਜੀ ਉਸ ਟਾਈਮ ਦਾ ਜੀ ਟੌਪ ਮਾਡਲ ਆਈ ਜਾਣਾ ਇਹੀ ਹੈ ਜੀ ਟੌਪ ਬਹੁਤ ਵਧੀਆ ਆ ਵੀ ਖੜੀ ਹੈ ਜੀ ਕੋਈ 4,80,000 ਰੁਪਏ ਦੀ 4,80,000 ਭਾਈ 80,000 ਦੇ ਕੇ ਲੋਨ ਹੋ ਜਾਏਗਾ ਹੋ ਜਾਏਗਾ ਜੀ ਹੋ ਜਾਏਗਾ ਚਲੋ ਠੀਕ ਹੈ ਤੇ ਅਗਲੀ ਗੱਡੀ ਆ ਗਈ ਜ਼ੈਲੋ ਓਕੇ ਜੀ ਜ਼ੈਲੋ ਜੀ 13 ਮਾਡਲ 3rd ਓਨਰ ਕਾਰ ਹੈ ਜੀ ਗੱਡੀ ਚੱਲੀ ਹੈ ਜੀ ਇਹ ਵੀ 1.5 ਤੋਂ 1.5 ਲੱਖ ਰੁਪਏ ਦੇ ਵਿੱਚ ਹੈ ਜੀ ਇਹ ਵੀ ਗੱਡੀ ਸਪੈਸ਼ਲ ਪ੍ਰਾਈਸ ਤੇ ਦਵਾਂਗੇ ਜੀ ਇਹ ਗੱਡੀ ਦਵਾਂਗੇ 2,00,000 ਰੁਪਏ ਦੀ 2,00,000 ਰੁਪਏ ਜੀ 7 ਸੀਟਰ ਜਿਹੜਾ ਬੰਦਾ ਲੱਗਦਾ ਫੁੱਲ ਲੋਨ ਹੋ ਜਾਏਗਾ ਜੀ ਗੱਡੀ ਦਾ ਫੁੱਲ ਲੋਨ 2,00,000 ਰੁਪਏ ਪੂਰਾ ਹੋ ਜਾਏਗਾ ਜੀ ਲੋਨ ਰੁਪਈਆ ਦੇ ਕੇ ਲੈ ਜਾਏਗਾ ਹਾਂਜੀ ਹਾਂਜੀ ਰੁਪਈਆ ਦੇ ਕੇ ਲੈ ਜਾਏਗਾ ਚਲੋ ਠੀਕ ਹੈ ਹਾਂਜੀ ਬਹੁਤ ਵਧੀਆ ਭਾਜੀ ਗੱਡੀਆਂ ਬਹੁਤ ਹੈ ਦਿਖਾਣੀ ਗੱਡੀ ਹੈ ਹਾਂਜੀ ਅਗਲੀ ਗੱਡੀ ਆ ਜਾਓ ਜੀ ਅਲਟੋ ਅਲਟੋ ਆ ਦੇਖੋ ਜੀ ਆਪਣੇ ਕਸਟਮਰ ਵੀ ਬੈਠੇ ਹੋਏ ਆ ਡੀਲ ਵੀ ਆਪਣੀ ਨਾਲ ਨਾਲ ਚੱਲਦੀ ਆਪਣੀ ਘਰ ਵਾਲੀ ਗੱਲ ਆ ਕੋਈ ਇਦਾਂ ਓਲਾ ਨਹੀਂ ਰੱਖੀਦਾ ਕੋਈ ਵੀ ਕਸਟਮਰ ਨਾ ਹਾਂਜੀ ਸਹੀ ਗੱਲ ਹੈ ਦੇਖ ਰਹੇ ਫੈਮਿਲੀ ਡੀਲਿੰਗ ਹੀ ਫ੍ਰੈਂਡਲੀ ਪੂਰੀ ਫ੍ਰੈਂਡਲੀ ਡੀਲਿੰਗ ਹੈ ਜੀ ਜਿੱਦਾਂ ਮਰਜ਼ੀ ਚੈੱਕ ਕਰਾਓ ਕਾਰ ਦੇਖੋ ਜੀ ਆਪਣਾ ਕੋਈ ਹੈ ਨਹੀਂ ਕਿ ਇਦਾਂ ਪੂਰਾ ਪ੍ਰੋਫੈਸ਼ਨਲ ਵੇ ਨਾ ਕੋਈ ਨਹੀਂ ਆਪਾਂ ਫ੍ਰੈਂਡਲੀ ਟਾਈਪ ਨਾਲ ਹਰੇਕ ਨਾਲ ਚੱਲਦੇ ਹਾਂ ਜੀ ਆਪਕੇ ਸਾਹਮਣੇ ਸਭ ਕੁਝ ਸਭ ਕਲੀਅਰ ਹੈ ਆਪਾਂ ਜੀ ਆਪਣੀ ਅਲਟੋ ਹੈ ਨਾ ਅਲਟੋ ਆ ਗਈ ਬਈ ਵਧੀਆ ਰੇਟ ਮੇ ਜਿਹੜੇ ਬੰਦੇ ਨਾ ਬਾਈਕ ਚਲਾਉਂਦੇ ਨੇ ਉਹਨਾਂ ਕੋ ਗੱਡੀ ਪੇ ਲੈਣਾ 1,60,000 ਰੁਪਏ ਦੀ ਭਾਈ ਗੱਡੀ ਦਵਾਂਗੇ 2011 ਮਾਡਲ ਅਲਟੋ ਫਸਟ ਓਨਰ 67,000 ਕਿਲੋਮੀਟਰ ਚੱਲੀ ਹੋਊਗੀ ਓਰੀਜਨਲ ਗੱਡੀ ਨਾਲ ਕੀ ਬਾਤ ਹੈ ਜੀ ਫਸਟ ਓਨਰ ਗੱਡੀ 2011 ਮਾਡਲ ਹੋਊਗੀ ਕਿਤੋਂ ਨਹੀਂ ਮਿਲਦੀ ਫਸਟ ਓਨਰ ਨਾਲ 11 ਮਾਡਲ ਤੇ ਲੋਨ ਹੋ ਜਾਂਦਾ ਹੈ ਭਾਜੀ ਬਹੁਤ ਘੱਟ ਹੁੰਦਾ ਹੈ ਬਹੁਤ ਘੱਟ ਹੁੰਦਾ ਨਾ ਪਰ ਚਲੋ ਜਿਹੜਾ ਬੰਦੇ ਨੇ ਇੱਕ 2-wheeler ਜਿੰਨੇ ਪੈਸੇ ਦੇ ਕੇ ਆਪਕੋ ਗੱਡੀ ਮਿਲ ਜਾਏ ਭਾਈ ਦੇਖੋ ਸਪਲੈਂਡਰ ਮੋਟਰਸਾਈਕਲ 1,00,000 ਰੁਪਏ ਦਾ ਹੋ ਗਿਆ ਯਾਰ ਫੇ ਹੋਰ 5,000 ਪਾ ਕੇ ਗੱਡੀ ਮਿਲਦੀ ਪਈ ਹੈ ਜੀ ਸਹੀ ਗੱਲ ਹੋਰ ਕੀ ਆਈ ਚਾਹੀਏ ਵਧੀਆ ਬੰਦਾ ਹੀ ਲਓ ਗਾਰੰਟੀ ਕਿਸਾ ਗਾੜੀ ਦੇਗੇ ਭਾਈ ਅਗਲੀ ਗੱਡੀ ਆ ਗਈ ਜੀ ਡਿਜ਼ਾਇਰ 2015 ਮਾਡਲ ਸੈਕਿੰਡ ਓਨਰ ਕਾਰ ਹੈ ਜੀ ਠੀਕ ਹੈ ਗੱਡੀ ਚੱਲੀ 50,000 ਕਿਲੋਮੀਟਰ ਜੀ ਜੈਨੂਅਨ ਦੇ ਨਾ ਹਾਂਜੀ ਇਹ ਵੀ ਸਪੈਸ਼ਲ ਪ੍ਰਾਈਸ ਦੇ ਨਾਲ ਦਵਾਂਗੇ ਜੀ ਇਹ 4,75,000 ਰੁਪਏ ਦੀ ਗੱਡੀ ਦਵਾਂਗੇ 4,75,000 ਹੋ ਜਾਏਗਾ ਹਾਂਜੀ ਹਾਂਜੀ ਇਹਦਾ 1,25,000 ਰੁਪਏ ਦੇ ਕੇ ਲੋਨ ਹੋ ਜਾਏਗਾ 1,25,000 ਦੇ ਕੇ ਲੋਨ ਹੋ ਜਾਏਗਾ ਕੋਈ ਚੱਕਰ ਨਹੀਂ ਗਾੜੀਆਂ ਭਾਜੀ ਅਬ ਅੱਗੇ ਕਿਹੜੀ ਦਿਖਾਣੀ ਅੱਗੇ ਭਾਜੀ ਫੇਰ ਡਿਜ਼ਾਇਰ ਆ ਜਾਓ ਜੀ ਆ ਨਿਊ ਸ਼ੇਪ ਆ ਗਈ ਨਿਊ ਸ਼ੇਪ ਵਾਲੀ ਡਿਜ਼ਾਇਰ ਜੀ ਓਲਡ ਸ਼ੇਪ ਦਿਖਾ ਦਈਏ ਜੀ ਨਵੀਂ ਸ਼ੇਪ ਨਿਊ ਸ਼ੇਪ ਵਾਲੀ ਡਿਜ਼ਾਇਰ 19 ਮਾਡਲ ਪੈਟਰੋਲ ਜੀ ਠੀਕ ਹੈ ਪੈਟਰੋਲ ਗੱਡੀ ਹੈ ਜੀ 19 ਮਾਡਲ ਹੈ ਜੀ ਓਕੇ ਤੇ ਸੈਕਿੰਡ ਓਨਰ ਕਾਰ ਹੈ ਜੀ ਗੱਡੀ ਚੱਲੀ ਹੈ ਸਿਰਫ ਤੇ ਸਿਰਫ 30,000 ਕਿਲੋਮੀਟਰ ਜੀ 30,000 ਚੱਲੀ ਹੈ ਜੀ ਵਧੀਆ ਨਵੀਂ ਗੱਡੀ ਹੈ ਨਵੀਂ ਗੱਡੀ ਹੈ ਜੀ ਇੰਟੀਰੀਅਰ ਵੀ ਲੈਦਰ ਸੀਟ ਦਾ ਬਹੁਤ ਸੋਹਣੇ ਹਾਂਜੀ ਪੂਰਾ ਨਵੇਂ ਵਰਗਾ ਇੰਟੀਰੀਅਰ ਹੈ ਜੀ ਤੇ ਦਵਾਂਗੇ ਵੀ ਸਪੈਸ਼ਲ ਪ੍ਰਾਈਸ ਦੇ ਨਾਲ ਜੀ ਇਹ ਗੱਡੀ ਦਵਾਂਗੇ 5,75,000 ਰੁਪਏ ਦੀ 5,75,000 ਕੀ ਆਪਕੋ ਮਿਲ ਜਾਏਗੀ ਬਹੁਤ ਵਧੀਆ ਤੇ ਭਾਈ ਨਾਲ ਦੀ ਜਿਹੜੀ ਹੈਗੀ ਹੈ ਭਾਜੀ ਨਾਲ ਦੀ ਗੱਡੀ ਹੈ ਜੀ ਇਹ ਹੈਗੀ ਹੈ ਜੀ ਡਿਜ਼ਾਇਰ 2018 ਮਾਡਲ ਇਹ ਫਸਟ ਓਨਰ ਹੈ ਜੀ 80,000 ਚੱਲੀ ਹੈ ਜੀ ਇਹ ਵੀ ਆਪਾਂ ਸਪੈਸ਼ਲ ਪ੍ਰਾਈਸ ਦੇ ਨਾਲ ਦਵਾਂਗੇ ਜੀ ਇਹ ਗੱਡੀ ਆਪਾਂ ਤੁਹਾਨੂੰ ਦਵਾਂਗੇ ਜੀ 4,30,000 ਉਹ 5,30,000 ਰੁਪਏ ਦੀ 5,30,000 ਰੁਪਏ ਮਿਲ ਜਾਏਗੀ ਇੰਟੀਰੀਅਰ ਬਹੁਤ ਸੋਹਣਾ ਤਿਆਰ ਹੈ ਭਾਈ ਦੋਨੋਂ ਪੈਟਰੋਲ ਹੈ ਹਾਂਜੀ ਦੋਨੋਂ ਪੈਟਰੋਲ ਆਪਣੇ ਕੋਲ ਡੀਜ਼ਲ ਹੀ ਮਿਲ ਜਾਏਗੀ ਜੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਹੁਣ ਡੀਜ਼ਲ ਵੀ ਹੈਗੀ ਹੈ ਡੀਜ਼ਲ ਵੀ ਨਵੀਂ ਸ਼ੇਪ ਦੇ ਵਿੱਚ ਹੀ ਅੱਛਾ ਅੱਗੇ ਆ ਗਈ ਜੀ ਫੇਰ ਡੀਜ਼ਲ ਦੇ ਵਿੱਚ ਹੀ 2016 ਮਾਡਲ ਸਵਿਫਟ ਜੀ ਠੀਕ ਹੈ ਸਵਿਫਟ 2016 ਮਾਡਲ ਫਸਟ ਓਨਰ ਕਾਰ ਹੈ ਜੀ ਗੱਡੀ ਚੱਲੀ ਹੈ 70,000 ਕਿਲੋਮੀਟਰ ਜੀ ਠੀਕ ਹੈ ਜੀ ਤੇ ਦਵਾਂਗੇ ਪੂਰੇ ਜੈਨੂਅਨ
ਗੱਡੀ ਚੱਲੀ ਹੈ ਜੀ ਇਹ ਵੀ 75,000 ਕਿਲੋਮੀਟਰ ਜੀ ਸਸਤਾ ਰੇਟ ਦੇਣਾ ਪੂਰਾ ਸਸਤਾ ਰੇਟ ਦਵਾਂਗੇ ਜੀ ਦੱਸੋ ਗੱਡੀ ਦਵਾਂਗੇ 3,90,000 ਰੁਪਏ ਦੀ 3,90,000 ਹਾਂਜੀ ਫਸਟ ਓਨਰ ਕਾਰ ਜੀ ਗੱਡੀ ਚੱਲੀ ਹੈ 70,000 ਕਿਲੋਮੀਟਰ ਜੈਨੂਇਨ ਚੱਲੀ ਹੈ ਇਹ ਵੀ ਨੈਗੋਸ਼ੀਏਬਲ ਹਾਂਜੀ ਨੈਗੋਸ਼ੀਏਬਲ ਰਹੇਗਾ ਨਾਲੇ ਗੱਡੀ ਵੀ ਓਰੀਜਨਲ ਹੈ ਜੀ ਬੰਪਰ ਟੂ ਹਾਂਜੀ ਚਲੋ ਬਹੁਤ ਵਧੀਆ ਮਿਲ ਜਾਏਗੀ ਅਗਲੀ ਗੱਡੀ ਆ ਗਈ i20 ਇਹ ਵੀ ਗੱਡੀ ਓਰੀਜਨਲ ਹੈ ਜੀ ਸੈਕਿੰਡ ਓਨਰ ਕਾਰ ਹੈ ਜੀ ਡੀਜ਼ਲ ਭਾਈ ਇਹ ਪੈਟਰੋਲ ਹੈ ਜੀ ਇਹ ਪੈਟਰੋਲ ਹੈ i20 ਪੈਟਰੋਲ ਗ੍ਰੇ ਕਲਰ ਦੇ ਵਿੱਚ ਜੀ ਸੈਕਿੰਡ ਓਨਰ ਕਾਰ ਹੈ ਜੀ ਗੱਡੀ ਚੱਲੀ ਹੈ 24-25,000 ਕਿਲੋਮੀਟਰ ਜੀ ਜੈਨੂਇਨ ਜੀ ਤੇ ਇਹ ਵੀ ਆਪਾਂ ਤੁਹਾਨੂੰ ਗੱਡੀ ਦਵਾਂਗੇ 6.5 ਲੱਖ ਰੁਪਏ ਦੀ 6.5 ਲੱਖ ਬਹੁਤ ਨਾ ਬੰਦੇ ਭਾਈ ਇਹ ਨਾ ਮੰਗਦੇ ਆ ਗੱਡੀ ਪੈਟਰੋਲ ਵਿੱਚ ਹਾਂਜੀ ਪਰ ਉਸ ਟਾਈਮ ਆਤ ਨਹੀਂ ਸੀ ਜਾਲ ਹੋ ਗਿਆ ਸੀ ਅਬ ਮਿਲ ਜਾਂਦੀ ਹੈ ਹਮ ਹੁਣ ਮਿਲ ਜਾਂਦੀ ਹੈ ਹੁਣ ਮਿਲਦੀ ਹੈ ਪੂਰੀ ਆਪਕੇ ਲਈ ਖੜੀ ਹੈ ਪੈਟਰੋਲ ਗੱਡੀ ਬਹੁਤ ਵਧੀਆ ਅੱਗੇ ਆ ਗਈ ਬ੍ਰੀਜ਼ਾ ਜੀ ਜੀ 2019/20 ਜੀ 19 ਦੀ ਮੈਨੂਫੈਕਚਰਿੰਗ ਦੇ 20 ਦੀ ਰਜਿਸਟ੍ਰੇਸ਼ਨ ਹੈ ਜੀ ਠੀਕ ਹੈ ਜੀ ਫਸਟ ਓਨਰ ਕਾਰ ਹੈ ਜੀ ਗੱਡੀ ਚੱਲੀ ਹੈ 78,000 ਕਿਲੋਮੀਟਰ ਜੀ ਤੇ ਦਵਾਂਗੇ ਪੂਰੇ ਜੈਨੂਅਰ ਰੇਟ ਦੇ ਨਾਲ ਜੀ ਗੱਡੀ ਦਵਾਂਗੇ 8 ਲੱਖ ਰੁਪਏ ਦੀ ਕਿਤੋਂ ਵੀ ਨਹੀਂ ਮਿਲੇਗੀ ਜੀ ਇਹਨੇ ਪੱਕੀ ਗੱਲ ਹੈ ਜੀ 8 ਲੱਖ ਦੀ ਬਹੁਤ ਵਧੀਆ ਗੱਡੀ ਪਲੱਸ ਭਾਈ ਇਸ ਵਿੱਚ ਇੱਕ ਆਟੋਮੈਟਿਕ ਵੇਰੀਐਂਟ ਵੀ ਖੜਾ ਸਾਨੂੰ ਦੱਸ ਦਿਓ ਉਹ ਵੀ ਖੜਾ ਜੀ ਆਪਣੇ ਕੋਲ ਉਹ ਵੀ ਫਸਟ ਓਨਰ ਉਹ ਸੈਕਿੰਡ ਓਨਰ ਹੈ ਜੀ ਉਹ ਵੀ 70-75,000 ਜੈਨੂਅਨ ਚੱਲਿਆ ਜੀ ਉਹ ਆਪਾਂ ਦਵਾਂਗੇ 8.25 ਲੱਖ ਰੁਪਏ ਦੀ 19 ਮਾਡਲ ਜੀ ZDI ਪਲੱਸ ਨਾਲ ਜੀ ਦੋਨੋਂ ਦਾ ਬਰਾਬਰ ਆਲਮੋਸਟ ਰੇਟ ਹੈ ਆਟੋਮੈਟਿਕ ਚਾਹੀਏ ਆਟੋਮੈਟਿਕ ਦੇ ਦੇਵਾਂਗੇ ਮੈਨੂਅਲ ਚਾਹੀਏ ਮੈਨੂਅਲ ਦੇ ਦਾਂਗੇ ਦੋਨੋਂ ਖੜੀਆਂ ਦੋਨੋਂ ਖੜੀਆਂ ਜੀ ਠੀਕ ਹੈ